खड़ी रहा बच्चा पंचायत जी में पेड़ पंजाब वाला गबरू बाजी मार के बड़े झोटे ने बेचे ने सब झोटे ने जो ने कुछ गल्ला बातें करनी आ ते भाई ना नाम की रखे जो थे पैकेट दे बंद के तो मुझे मैं दे पेट कर दे थोड़ा जी मां जिला सुनूंगा भाई पेट की ना सलाम लेवे सलाम दे नाम की नाम बोल दे सलाम ते ये कोई झोटे दो ते आईया नहीं डेढ़ साल दी आ ये गड्डी दी ठीक है जी ਤੇ ਬਈ ਸਿਮਰ ਇਹਦਾ ਹੈਗਾ ਕੋਈ ਅਵੇਲੇਬਲ ਨਾ ਜੀ ਹੈ ਜੀ ਨਾ ਕਿਰਾਇਆ ਨਹੀਂ ਕਰ ਠੀਕ ਆ ਭਰਾ ਕਿਹਦੇ ਮੁੰਡੇ ਦੇ ਖਲੀਆ ਬੱਚਾ ਜੀ ਠੀਕ ਹੈ ਬਈ ਖਲੀਆ ਬੱਚਾ ਹੈਗਾ ਉਹ ਬਾ ਮਾਰਕਾ ਉਹ ਮਾਨਲ ਕਰਦੀ ਹੈ ਖਲੀ ਦਾ ਬੱਚਾ ਜਿੱਤਿਆ ਇਹ ਗੱਲ ਦੀ ਆਪਾਂ ਨੂੰ ਠੀਕ ਆ ਭਰਾ ਭਾਈ ਇਹ ਵੀ ਇਮਾਨਦਾਰੀ ਹੈ ਪਹਿਲਾ ਬਨਾ ਜੀ ਨੇ ਆਖਿਆ 16 ਕਿਲੋ ਆ ਇਹ ਸਾਰੇ 33 ਹੋ ਜਾਂਦੇ ਆ ਭਾਈ ਮਾਰਾ ਕਾਰਡ ਦੋ 16 ਕਿਲੋ ਆ 16 ਕਿਲੋ ਫਾਈਨਲ ਬੱਚਾ ਹੈ दोस्तों वे सादे हो हाथी जिला जो टाया तो रोक लो बिरजी पूरा नसल दे बच्चा ਸਾਂਝੀ ਕਰ ਦਿਆਂਗੇ ਦੋਸਤੋ ਦੇਖੋ ਕਿੱਥਾ ਹੁਣ ਸੁੱਕੀ ਜੇ ਬਣ ਗਿਆ ਵੀ ਦੇਖਾਂਗੇ ਵੀ ਇਹ ਬਾਈ ਝੋਟਾ ਦੂਜੇ ਨੰਬਰ ਤੇ ਆਇਆ 462 ਨੰਬਰ ਤੇ ਗਿਆ ਭਾਈ ਲਿਆਓ ਮੈਂ ਕਹਾਂ ਜੋ ਗੱਲਾਂ ਕਰੋ ਭਾਈ ਹੋਏ ਮਰਨ ਦੇ ਹੋ ਜਾਏਗਾ ਹੁਣ ਭਾਈ ਹੋ ਗਏ ਦੂਜੇ ਨੰਬਰ ਤੇ ਆਇਆ ਇੱਕ ਦਾ ਭਾਈ ਦਾ ਪਿਓ ਕਿਹੜਾ ਗਿਆ ਪਿਓ ਬਾਕੀ ਸ਼ਹਿਰ ਦਾ ਸੋਹਣਾ ਜਿਹਾ ਮੁੰਡਾ ਅਜਾ ਪਿਓ ਇਹਦਾ ਅਰਜਨ ਕੋਲ ਲੱਗ ਗਏ ਤੇਰੀ ਮਾਂ ਨਾਲ ਕੌਣ ਕੀ ਆ ਭਾਈ ਇਹਦੀ ਮਾਂ ਮਰ ਗਈ ਕਿਹੜਾ ਪਿੰਡੋ ਕਿਹੜਾ ਪਿੰਡੋ ਤੇ ਇਹਦੀ ਵੀ ਮਾਂ ਨਾਲ ਕੌਣ ਹੋ ਇੱਕ ਹੀ ਭਾਈ ਦੀ ਟਰੈਗ ਆ दोस्तों पहले दूजे ते खड़ी दी ब्लड लैन आई अर्जन भी खड़ी दा पहला कट्टा जितया ओह भी खड़ी दा तीजे नंबर ते आई है हरियाणा से चौथे नंबर पिछे हो जाए आप अगे जान लग गए झोटा पिछे रह बलविंदर भाई फुल बनते हुए अमृतसर अमृतसर मां का रिकॉर्ड हैगा प्यो कौन 23 किलो रिकॉर्ड है भाई मां का प्यो का कई सी नाम है अर्जन कुंगड़ का बच्चा है भी अर्जन कुंगड़ के दो बच्चे जेडे वो अपने मेले के नंबर आया अर्जन का बच्चा
ਸੋਨੀਪਤ ਹਰਿਆਣਾ ਤੇਰੀ ਮਾਂ ਦਾ ਕੀ ਰਿਕਾਰਡ ਹੈ ਵੀਰੇ 23 ਕਿਲੋ 300 ਗ੍ਰਾਮ ਐਚਐਲਡੀ ਮੇਰੇ ਕੋਲ ਵਾਰ 23 ਕਿਲੋ 300 ਗ੍ਰਾਮ ਤੇ ਪਿਓ ਇਹਦਾ ਕਿਹੜਾ ਵੀਰੇ M75-290 ਬਠਿੰਡਾ ਜਿਲ੍ਹਾ ਗਾ ਪਿੰਡ ਬਾਈ ਕਿਹੜਾ ਰਾਮਨਗਰ ਵੀਰੇ ਰਾਮਨਗਰ ਤੇਰਾ ਪਿੰਡ ਕਿਹੜਾ ਲੱਖੀਵਾਲ ਬਾਈ ਰਾਜੇ ਦਾ ਪਿੰਡ ਲੱਖੀਵਾਲ ਆ ਰਾਮਨਗਰ ਆ ਜੀ ਮੇਰਾ ਪਿੰਡ ਜ਼ਿਲ੍ਹਾ ਬਾਈ ਬਠਿੰਡਾ ਜੀ ਰਾਮਨਗਰ ਹਾਂਜੀ ਰਾਮਨਗਰ ਜ਼ਿਲ੍ਹਾ ਬਠਿੰਡਾ ਹਾਂਜੀ ਨਾਮ ਕੀ ਆ ਬਾਈ ਤੁਹਾਡਾ ਮੇਰਾ ਨਾਮ ਭਗਵਾਨ ਸਿੰਘ ਜੀ ਤੇ ਬਾਈ ਇਹਦੀ ਮਾਂ ਦਾ ਕੀ ਰਿਕਾਰਡ ਆ ਇਹਦਾ 21-14 ਸੀ ਧੰਨਵਾਦ ਵੀਰੇ ਛੋਟੇ ਬੱਚੇ ਦੇ ਆਇਆ 3.5 ਸਾਲ ਦਾ ਬੋਲਾ ਮੇਰੇ ਕਹਿੰਦਾ 4 ਦਾ ਸੀ ਉਹਦੇ ਗਰਾਊਂਡ ਚਿੱਟੇ ਆਪਦੇ ਜਿਹੜਾ ਹੁੰਦਾ ਪਸ਼ੂ ਦਾ ਭੇਤ ਹੁੰਦਾ ਜਿਲ੍ਹਾ ਪਟਿਆਲਾ ਤੇ ਮਾਰਾ ਕੋਟ ਕੀ ਹੈ ਜੀ ਇਹਦਾ ਬਹੁਤ ਦੋਸਤੋ।